ਆਓ ਸੁਣੀਏ अजीत कौर ਦੀ ਕਹਾਣੀ ਇੱਕ ਹੋਰ ਫालतू ਔਰਤ ਉਹ ਸ਼ੁਰੂ ਅਪ੍ਰੈਲ ਦੀ ਇੱਕ ਉਦਾਸ ਸ਼ਾਮ ਸੀ ਥਕਾ ਦੇਣ ਵਾਲੀ ਗਰਮੀ ਤੇ ਹਮਸ ਨਾਲ ਭਰੀ ਹੋਈ ਅਸੀਂ ਸੜਕਾਂ ਤੇ ਭਟਕ ਰਹੇ ਸਾਂ ਕੁਝ ਚਿਰ ਅਸੀਂ ਜਨਪਤ ਕਾਫੀ ਲਾਉਂਜ ਵਿੱਚ ਜਾ ਬੈਠੇ ਆਹستہ ਆਹستہ ਬਹੁਤ ਹੀ ਆਹستہ ਕਾਫੀ ਦੇ ਤਿੰਨ ਤਿੰਨ ਪਿਆਲੇ ਖਤਮ ਕੀਤੇ ਪਤਾ ਨਹੀਂ ਕਿੰਨਾ ਜ਼ਮਾਨਾ ਉਨਾ ਤਿੰਨਾਂ ਪਿਆਲਿਆਂ ਦੇ ਕੁੱਟਾਂ ਵਿੱਚਕਾਰੋਂ ਫਿਸਲਦਾ ਹੋਇਆ ਰੇਂਗਦਾ ਹੋਇਆ ਗੁਜ਼ਰਦਾ ਰਿਹਾ ਸੀ। ਬਾਕੀ ਬਚੀ ਸੀ ਇੱਕ ਕੁੜਤਣ ਤੇ ਖਾਲੀ ਪਣ। ਦੂਜਾ ਕੱਪ ਓਮਾ ਨੇ ਓਮਾ ਯਾਨੀ ਓਮ ਪ੍ਰਕਾਸ਼ ਨੇ ਕੇਤਲੀ ਵਿੱਚੋਂ ਲੁੱਦਿਆ ਸੀ। ਕਾਫੀ ਦਾ ਰਤਾ ਕੋ ਉਨਾ ਪਿਆਲਾ ਭਰ ਕੇ ਜਦੋਂ ਉਹ ਦੁੱਧ ਪਾਣ ਲੱਗਿਆ ਮੈਂ ਕਿਹਾ ਨਹੀਂ ਦੁੱਧ ਨਹੀਂ ਖੰਡ ਖੰਡ ਵੀ ਨਹੀਂ। ਕਾਲੀ ਕਾਫੀ ਹੂੰ ਰੂਸੀਆ ਵਾਂਗੂ ਤੇ ਓਮਾ ਮੁਸਕਰਾਇਆ ਮੇਰੇ ਕੋਲੋਂ ਜਵਾਬ ਵਿੱਚ ਮੁਸਕਰਾਇਆ ਨਹੀਂ ਗਿਆ ਅਜੀਬ ਹਾਲਤ ਸੀ ਮਨ ਦੀ ਓਮਾ ਦੀ ਜ਼ਿੰਦਗੀ ਵਿੱਚ ਆਪਣੇ ਫालतੂ ਹੋਣ ਦਾ ਅਹਿਸਾਸ ਜਿਸ ਵੇਲੇ ਬਹੁਤ ਟੀਸਦਾ ਸੀ ਤਾਂ ਮੇਰਾ ਦਿਲ ਕਰਦਾ ਸੀ ਮੈਂ ਕੋਈ ਇਹੋ ਜਹੀ ਨਸ਼ਤਰ ਵਰਗੀ ਤਿੱਖੀ ਗੱਲ ਕਰਾਂ ਜਿਸ ਨਾਲ ਉਹਦਾ ਸਾਬਤ ਤੇ ਨਾਰਮਲ ਖੋਲ ਤੇਜ਼ ਚਾਕੂ ਨਾਲ ਕੱਟਿਆ ਜਾਵੇ ਉਦੇ ਬਾਰਲੇ ਸਾਬਤ ਬਣ ਤੋਂ ਮੈਨੂੰ ਬੇहद ਕੌਫਤ ਹੁੰਦੀ ਸੀ ਅਜਿਹੇ ਵੇਲੇ ਕੁਝ ਤਾਂ ਅਜਿਹਾ ਹੋਵੇ ਜਿਹੜਾ ਉਹਨੂੰ ਕੱਟ ਦੇਵੇ ਭਾਵੇਂ ਅੱਧਾ ਕੋ ਇੰਚ ਹੀ ਉਸ ਚਿਕਨੇ ਖੋਲ ਨੂੰ ਗਿਲਾਫ ਨੂੰ ਅੰਦਰਲਾ ਗੁੱਦੜ ਕਿਧਰੋਂ ਤਾਂ ਨਜ਼ਰ ਆਵੇ ਪਰ ਜਦੋਂ ਮੈਂ 71 ਕੱਟ ਦਿੰਦੀ ਸਾਂ ਕਾਤਰ ਵੀ ਨਹੀਂ ਇੱਕ ਤਿੱਖੀ ਸਿੱਧੀ ਲਕੀਰ ਚਮਕਦੇ ਤੇਜ਼ ਚਾਕੂ ਨਾਲ ਕੱਟੀ ਹੋਈ ਦਰਾਰ ਤਾਂ ਉਹਦੀ ਤਿਲਮਿਲਾਹਟ ਤੱਕ ਕੇ ਮੈਨੂੰ ਅਫਸੋਸ ਹੁੰਦਾ ਸੀ اپنی ਕਮੀਨਗੀ ਤੇ ਮੈਂ ਕੀ ਚੋਂਦੀ ਸਾਂ ਸ਼ਾਇਦ ਕੋਈ ਬਹੁਤ ਹੀ ਮਾਸੂਮ ਚੀਜ਼ ਜਿਵੇਂ ਇੱਕ ਨਿੱਘਾ ਕਰ ਕਰ ਦੇ ਕਿਸੇ ਕਮਰੇ ਦੀ ਪ੍ਰਾਈਵੇਸੀ ਵਿੱਚ ਤੇ ਆਪਣਤ ਵਿੱਚ ਓਮਾ ਦੀ ਛਾਤੀ ਤੇ ਸਿਰ ਰੱਖ ਕੇ ਬੈਠੀ ਮੈਂ ਤੇ ਕਿਤਾਬਾਂ ਤੇ ਮਿਊਜ਼ਿਕ ਤੇ ਸ਼ਾਇਦ ਹੋਰ ਕੁਝ ਵੀ ਜੋ ਚਾਹੀਦਾ ਸੀ ਉਹਦਾ ਕੁਝ ਪਤਾ ਨਹੀਂ ਸੀ ਸਿਰਫ ਇਹ ਪਤਾ ਸੀ ਜੋ ਚਾਹੀਦਾ ਏ ਉਹ ਹੈ ਨਹੀਂ ਤੇ ਜੀਓ ਨਹੀਂ ਸੀ ਤਾਂ ਇਸਦੀ ਸਾਰਾ ਸਾਰ ਜ਼ਿੰਮੇਵਾਰੀ ਓਮਾ ਦੀ ਸੀ ਕਿਉਂਕਿ ਸਾਰੇ ਅਹਿਮ ਫੈਸਲੇ ਓਮਾ ਦੇ ਹੱਥ ਵਿੱਚ ਸਨ ਕਾਫੀ ਦੇ ਤਿੰਨ ਪਿਆਲੇ ਖਤਮ ਹੁੰਦਿਆਂ ਸਾਢੇ 7 ਵਜ ਗਏ ਓਮਾ ਨੇ ਘੜੀ ਵੇਖੀ ਜਦੋਂ ਵੀ ਓਮਾ ਦੇ ਨੱਕ ਦੇ ਐਨ ਉੱਤੇ ਮੱਥੇ ਦੇ ਕਿਨਾਰੇ ਤੇ ਤਿੰਨ ਲਕੀਰਾਂ ਪੈ ਜਾਣ ਉਦੋਂ ਇਹੋ ਜਿਹੀ ਘੜੀ ਹੁੰਦੀ ਸੀ ਜਦੋਂ ਉਹਨੂੰ ਕਿਸੇ ਗੱਲ ਦੀ ਸਮਝ ਨਾ ਆ ਰਹੀ ਹੋਵੇ ਉੰਜ ਇਹੋ ਜਿਹੀ ਘੜੀ ਵਾਪਰਦੀ ਕਦੇ-ਕਦਾਈਂ ਹੀ ਸੀ ਉਮੂਮਨ ਉਹਨੂੰ ਹਰ ਗੱਲ ਦੀ ਹਰ ਵੇਲੇ ਪੂਰੀ ਸਮਝ ਆ ਜਾਂਦੀ ਸੀ ਲੱਗਦਾ ਸੀ ਆਸ-ਪਾਸ ਦੀ ਹਰ ਚੀਜ਼ ਤੇ ਦਿਵਾਲੇ ਭਟਕ ਰਹੀ ਹਵਾ ਤੇ ਵੀ ਓਮਾ ਦੀ ਪੂਰੀ ਤੇ ਕੜੀ ਗ੍ਰਿਫਤ ਹੈ ਮੱਥੇ ਦੇ ਵਿਚਕਾਰ ਲੇ ਹੇਠਲੇ ਕਿਨਾਰੇ ਤੇ ਪੈਂਦੀਆਂ ਤਿੰਨ ਲਕੀਰਾਂ ਨੂੰ ਤੱਕ ਕੇ ਐਸੇ ਕਰਕੇ ਮੈਨੂੰ ਬੇहद ਰਹਿਮ ਆ ਜਾਂਦਾ ਸੀ ਉਹਦੇ ਤੇ ਰਹਿਮ ਤੇ ਲਾਡ ਮਨ ਪੰਘਰ ਕੇ ਖਾਮ ਖਾ ਉਹਦੇ ਵੱਲ ਵਹਿ ਤੁਰਦਾ ਸੀ ਕਿਉਂ ਕੀ ਸੋਚ ਰਹੇ ਹੋ ਕੁਝ ਨਹੀਂ ਕੋਈ ਅਪਾਇੰਟਮੈਂਟ ਤਾਂ ਨਹੀਂ ਯਾਦ ਆ ਗਈ ਮੈਂ ਮੁਸਕराई ਕਮਬਖਤ ਔਰਤ ਵੀ ਮਾਂ ਦੇ ਢਿੱਡ ਵਿੱਚੋਂ ਹੀ ਐਕਟਿੰਗ ਸਿੱਖ ਕੇ ਆਉਂਦੀ ਏ ਆਪਣੇ ਮਰਦ ਨੂੰ ਖੁਸ਼ ਕਰਨ ਲਈ ਐਕਟਿੰਗ ਆਪਣੇ ਲਈ ਨਿੱਕੀ ਤੋਂ ਨਿੱਕੀ ਰਿਆਇਤ ਲੈਣ ਲਈ ਐਕਟਿੰਗ ਆਂਡ ਗੁਆਂਡ ਨਾਤੇ ਰਿਸ਼ਤੇਦਾਰੀਆਂ ਦੇ ਦੁੱਖਾਂ ਸੁੱਖਾਂ ਦੀ ਪਾਈ ਵਾਲੀ ਵੇਲੇ ਐਕਟਿੰਗ ਐਸੇ ਨੂੰ ਤ੍ਰਿਆ ਚਲਿੱਤਰ ਕਹਿੰਦੇ ਨੇ ਤਾਣੇ ਨਾਲ ਨਿੰਦ ਕੇ ਕਿਉਂ ਪਰ ਇਹਦੇ ਵਿੱਚ ਜਿਹੜੀ ਮਿਹਨਤ ਖਰਚ ਹੁੰਦੀ ਏ ਉਹਦੀ ਮਜ਼ਦੂਰੀ ਦਾ ਹਿਸਾਬ ਕਿਉਂ ਨਹੀਂ ਕੀਤਾ ਜਾਂਦਾ ਨਹੀਂ ਨਹੀਂ ਉਹ ਕਾਲੀ ਨਾਲ ਬੋਲਿਆ ਫਿਰ ਤੈਨੂੰ نجومی ਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਏ ਉਹ ਵੀ ਸਹਿਜ ਹੋ ਗਿਆ ਮੁਸਕਰਾਇਆ ਓਮਾ ਮੁਸਕਰਾਉਂਦਾ ਸੀ ਤਾਂ ਉਹਦੇ ਅਗਲੇ ਦੋ ਦੰਦਾਂ ਦੇ ਕੋਨਿਆਂ ਤੇ ਧੁੱਪ ਵਿੱਚ ਪਈਆਂ ਸਿੱਪੀਆਂ ਚਮਕਦੀਆਂ ਸਨ ਬਾਕੀ ਦੇ ਦੰਦ ਨਰੀ ਪੀਲੀ ਰੇਤ ਦੇ ਰੰਗ ਦੇ ਬਿਲਕੁਲ ਆਮ ਸਗੋਂ ਰਤਾ ਕੋ ਜੇਵੀ ਪਰ ਅਗਲੇ ਦੋਹਾਂ ਦੰਦਾਂ ਦੇ ਦੋ ਕੋਨੇ ਚਾਂਦੀ ਰੰਗੇ ਸਿੱਪੀਆਂ ਦੇ ਅੰਦਰਲੇ ਢਿੱਡ ਦੇ ਰੰਗ ਦੇ ਓਮਾ ਦੀਆਂ ਮਣੀਆਂ ਉਹਦੇ ਮੱਥੇ ਵਿੱਚ ਨਹੀਂ ਸਨ ਅਗਲੇ ਦੋਹਾਂ ਦੰਦਾਂ ਦੇ ਕੋਨਿਆਂ ਵਿੱਚ ਸਨ ਮੈਨੂੰ ਰਿਜਾਉਣ ਲਈ ਓਮਾ ਨੂੰ ਪਹਿਲਾਂ ਪਾਣ ਦੀ ਲੋੜ ਨਹੀਂ ਸੀ ਸਿਰਫ ਇੱਕ ਮੁਸਕਰਾਹਟ ਵਿੱਚ ਦੋਹਾਂ ਦੰਦਾਂ ਦੀਆਂ ਦੋ ਮਣੀਆਂ ਲਿਸ਼ਕਾਉਣ ਦੀ ਧੀਰ ਹੁੰਦੀ ਸੀ ਕਿ ਮੇਰਾ ਸਾਰਾ ਜਿਸਮ ਮੋਮਬੱਤੀ ਵਾਂਗੂ ਪਿਗਲਣ ਲੱਗ ਪੈਂਦਾ ਸੀ ਨਜੂਮੀ ਨਹੀਂ ਅੰਤਰਜਾਮੀ ਆਹੋ ਬਾਬਾ ਅੰਤਰਜਾਮੀ ਦੱਸੋ ਫੇਰ ਕੀ ਸੋਚ ਰਹੇ ਹੋ ਅੰਤਰਜਾਮੀ ਬਾਬਾ ਕੋਲੋਂ ਕੁਝ ਨਹੀਂ ਲੁਕਾਣਾ ਇਹੀ ਸੋਚ ਰਿਆਂ ਕਿ 7:30 ਵਜ ਗਏ ਨੇ ਪਿਕਚਰਾਂ ਵੀ ਸ਼ੁਰੂ ਹੋ ਗਈਆਂ ਨੇ ਤੇ ਪਲੇ ਵੀ ਕਿੱਥੇ ਜਾਈਏ ਹੁਣ ਇੱਕ ਕਾਲਾ ਬੱਦਲ ਦੂਰ ਦਿਸ ਹੱਦੇ ਤੇ ਫੇਰ ਨਜ਼ਰ ਆਇਆ ਬਿਜਲੀ ਵੀ ਇੱਕ ਵਾਰ ਕੌਂਦਦੀ ਹੋਈ ਚਮਕੀ ਗੁੱਸੇ ਦੀ ਇਲਜ਼ਾਮ ਦੀ ਬੇਸਹਾਰਾ ਪਣ ਦੀ ਇਸ ਮੇਰੇ ਮਰਦ ਨੇ ਮੇਰੇ ਨਾਲ ਰਲ ਕੇ ਇੱਕ ਘਰ ਤਾਮੀਰ ਕਰਨ ਦੀ ਥਾਵੇਂ ਮੈਨੂੰ ਜਿਪਸੀ ਬਣਾ ਦਿੱਤਾ ਸੀ ਖਾਨਾ ਬਦੋਸ਼ ਪਰ ਫਿਰ ਅੰਦਰ ਬੈਠੀ ਸਦੀਵੀ ਔਰਤ ਜਿਹੜੀ ਸਦੀਵੀ ਐਕਟਰੈਸ ਵੀ ਹੁੰਦੀ ਏ ਨੇ ਤਾੜਿਆ ਵੇਖੀ ਖਬਰਦਾਰ ਇੱਕ ਮੁਸਕਰਾਹਟ ਮੈਂ ਲਿਪਸਟਿਕ ਵਾਂਗੂ ਹੋਠਾਂ ਤੇ ਪੋਲੀ ਜਹੀ ਮਲੀ ਜਗਾ ਤਾਂ ਇੱਕ ਹੈ ਸ਼ਹਿਨशाह आलम जान की अमान पाऊं तो अर्ज करूं बोलो जी ओ हसया ਟੱਠੇ ਖੂ ਵਿੱਚ ਜਾਈਏ ਤਾਂ ਕੈਸਾ ਰਹੇ ਠੀਕ ਏ ਚਲਨੇ ਆ ਕੋਲੋਂ ਲੰਘਦੇ ਵੇਟਰ ਕੋਲੋਂ ਉਹਨੇ ਬਿੱਲ ਮੰਗਵਾਇਆ ਪੈਸੇ ਦਿੱਤੇ ਆਪਣੀ ਆਦਤ ਮੁਤਾਬਕ ਬਿੱਲ ਵਾਪਸ ਲਿਆ ਤੇ ਅਸੀਂ ਉੱਠ ਕੇ ਬਾਹਰ ਆ ਗਏ ਸਾਡੇ ਨਾਲ ਇੱਕ ਸਵਾਲ ਵੀ ਉੱਠ ਕੇ ਬਾਹਰ ਆ ਗਿਆ ਕਿ ਬਾਕੀ ਦੀ ਸ਼ਾਮ ਕਿੱਥੇ ਬਤਾਈ ਜਾਵੇ ਟੈਕਸੀ ਦੇ ਕੋਲ ਰੁੱਕ ਕੇ ਉਹਨੇ ਪੁੱਛਿਆ ਰਾਣੂ ਦੇ ਘਰ ਚੱਲੀਏ ਤੁਸੀਂ ਤੇ ਕਹਿੰਦੇ ਸੀ ਐਮਪੀ ਵਾਲੀ ਕੋਠੀ ਉਹ ਛੋੜ ਰਹੇ ਹਨ ਹਾਂ ਕਾਲੂ ਵਿਲਾਇਤ ਜਾਣ ਤੋਂ ਪਹਿਲਾਂ ਉਹਨੂੰ ਨਵੇਂ ਘਰ ਸ਼ਿਫਟ ਕਰ ਗਿਆ ਸੀ ਪਤਾ ਮੇਰੇ ਕੋਲ ਹੈ ਕਾਲੂ ਯਾਨੀ ਓਮਾ ਦਾ ਦੋਸਤ ਨਾ ਤਾਂ ਕੁਝ ਹੋਰ ਸੀ ਜਿਹੋ ਜਿਹਾ ਦਾਦੀਆਂ ਨਾਨੀਆਂ ਆਪਣੀ ਆਤਮਾ ਦੇ ਕਲਿਆਣ ਲਈ ਰੱਖਿਆ ਕਰਦੀਆਂ ਨੇ ਪਰ ਸਾਰੇ ਦੋਸਤ ਉਹਨੂੰ ਕਾਲੂ ਹੀ ਆਖਦੇ ਸਨ ਠੀਕ ਹੈ ਚੱਲੋ ਮੈਂ ਕਿਹਾ ਪਤਾ ਸੀ ਕਿ ਇਸ ਸ਼ਾਮ ਦੀ ਕਿਸਮਤ ਵਿੱਚ ਕਤਲ ਹੋਣਾ ਹੀ ਲਿਖਿਆ ਏ ਫਿਰ ਆਡਾ ਲਾਉਣ ਦਾ ਵੀ ਕੀ ਫਾਇਦਾ ਟੈਕਸੀ ਇੱਕ ਵੱਡੇ ਸਾਰੇ ਬੰਗਲੇ ਦੇ ਬਾਹਰ ਰੁਕੀ ਇਹ ਵੀ ਕੋਈ ਸਰਕਾਰੀ ਬੰਗਲਾ ਹੀ ਸੀ ਗੇਟ ਤੋਂ ਅੰਦਰ ਲੰਘ ਕੇ ਅਸੀਂ ਬੰਗਲੇ ਦੀ ਵੱਖੀ ਦੇ ਨਾਲ-ਨਾਲ ਤੁਰਦੇ ਪਿਛਵਾੜੇ ਪਹੁੰਚ ਗਏ ਇੱਕ ਕਾਫੀ ویرਾਨ ਲਾਂਦ ਸੀ ਜਿਸ ਦੀ ਘਾ ਵਕਤ ਤੋਂ ਪਹਿਲਾਂ ਹੀ ਬੁੱਢੀ ਹੋ ਗਈ ਸੀ ਲਾਨ ਦੇ ਪਰਲੇ ਕੋਨੇ ਵਿੱਚ ਇੱਕ ਬਹੁਤ ਵੱਡਾ ਦਰਖਤ ਸੀ ਜਿਸ ਦੀਆਂ ਟਾਹਣੀਆਂ ਵਿੱਚ ਸੰਘਣਾ ਹਨੇਰਾ ਛੈ ਕੇ ਬੈਠਿਆ ਹੋਇਆ ਸੀ ਬਹੁਤ ਮਨਹੂਸ ਲੱਗ ਰਿਹਾ ਸੀ ਉਹ ਦਰਖਤ ਤੇ ਉਹ ਉਜਾੜ ਲਾਨ ਪਿਛਲੇ ਪਾਸੇ ਇੱਕ ਦਰਵਾਜ਼ਾ ਓਮਾ ਨੇ ਖੜਕਾਇਆ ਰਾਣੋ ਨੇ ਬੂਹਾ ਖੋਲਿਆ ਆਓ ਤੁਸੀਂ ਅੱਜ ਕਿੱਧਰ ਰਾਹ ਭੁੱਲ ਗਏ ਨਹੀਂ ਰਾਹ ਨਹੀਂ ਭੁੱਲੇ ਉੱਚੇ ਚਾਇਆ ਤੇਰੀ ਖਬਰ ਲੈਣ ਓਮਾ ਇੱਕ ਨਿੱਕੀ ਪੌੜੀ ਚੜ ਕੇ ਕਮਰੇ ਦੇ ਅੰਦਰ ਲੰਗਦਾ ਕਹਿਣ ਲੱਗਾ ਮਗਰੇ ਮਗਰੇ ਮੈਂ ਵੀ ਰਾਣੋ ਦੇ ਵਾਲਾਂ ਵਿੱਚ ਵੀ ਬਾਹਰਲੇ ਦਰਖਤ ਦੀਆਂ ਟਹਿਣੀਆਂ ਵਿੱਚ ਬੈਠਾ ਹਨੇਰਾ सिमਟਿਆ ਹੋਇਆ ਸੀ ਕਾਫੀ ਉਦਾਸ ਤੇ ਬਦ ਹਵਾਸ ਲੱਗ ਰਹੀ ਸੀ ਉਹ ਕਮਰਾ ਸ਼ਾਇਦ ਉਸ ਵੱਡੇ ਬੰਗਲੇ ਦਾ ਵਾਲਣ ਵਾਲਾ ਕਮਰਾ ਹੋਵੇਗਾ ਪਹਿਲੋਂ ਜਾਂ ਖਾਨ ਸਾਹਮੇ ਦੇ ਅਸਿਸਟੈਂਟ ਯਾਨੀ ਚੌਂਕਾ ਪਾਂਡਾ ਕਰਨ ਵਾਲੇ ਮੁੰਡੂ ਦੀ ਖੋਲੀ ਬੇहद ਛੋਟਾ ਜਿਹਾ ਕਮਰਾ ਇੱਕ ਨੁੱਕਰ ਵਿੱਚ ਇੱਕ ਮੰਜੀ ਜਿਸਨੇ ਅੱਧਾ ਕਮਰਾ ਮੱਲਿਆ ਹੋਇਆ ਸੀ ਦੂਜੀ ਨੁੱਕਰ ਵਿੱਚ ਬਿਜਲੀ ਦਾ ਛੋਟਾ ਜਿਹਾ ਚੁੱਲ੍ਹਾ ਕੋਲ 2-3 ਕੱਪ ਪਲੇਟਾਂ ਚਮਚੇ ਲਵਾਰਸ ਚਹਿ ਲੁੜਕੇ ਹੋਏ ਅਜੀਬ ਬਦ ਹਵਾਸੀ ਵਿੱਚ ਕੋਲ ਹੀ 5-7 ਜੈਮ ਦੀਆਂ ਖਾਲੀ ਸ਼ੀਸ਼ੀਆਂ ਤੇ ਕਾਫੀ ਦੇ ਖਾਲੀ ਡੱਬੇ ਪਏ ਸਨ ਜਿੰਨਾਂ ਵਿੱਚ ਲੂਣ ਮਿਰਚਾ ਮਸਾਲੇ ਭਰੇ ਹੋਏ ਸਨ ਮੈਲੇ ਟੱਕਣ ਟੱਕਣਾ ਦੇ ਰੰਗਾਂ ਤੋਂ ਪਤਾ ਲੱਗ ਰਿਹਾ ਸੀ ਕਿ ਡੱਬੇ ਵਿੱਚ ਕੀ ਹੈ ਚੁੱਲ੍ਹਾ ਵੀ ਜਦੋਂ ਬਲਦਾ ਨਾ ਹੋਵੇ ਬੁਝਿਆ ਹੋਇਆ ਠੰਡਾ ਚੁੱਲ੍ਹਾ ਤਾਂ ਬਹੁਤ ਅਫਸੁਰਦਾ ਨਹੀਂ ਜਾਪਦਾ ਫਟੇ ਹਾਲ ਉਦਾਸ ਪੂਰੇ ਕਮਰੇ ਵਿੱਚ ਜੇ ਕੋਈ ਪੁਰਾਣੇ ਜ਼ਮਾਨਿਆਂ ਦੀ ਚੀਜ਼ ਸੀ ਤਾਂ ਉਹ ਸੀ ਉਹੀ ਰੇਸ਼ਮੀ ਰਜ਼ਾਈ ਜਿਸ ਦਾ ਰੰਗ ਹੁਣ ਉਹਨਾਂ ਆਤਿਸ਼ਜਦਾ ਨਹੀਂ ਸੀ ਜਾਪਦਾ ਪਰ ਬੁਝਦੇ ਚੁੱਲ੍ਹੇ ਦੇ ਅੰਗਾਰਾਂ ਵਾਂਗੂ ਅਜੇ ਵੀ ਉਹਦੇ ਵਿੱਚ ਪੁਰਾਣਾ ਨਿੱਗ ਤੇ ਪੁਰਾਣੀ ਸ਼ੋਖੀ ਥੋੜੀ ਜਿਹੀ ਬਚੀ ਹੋਈ ਸੀ ਤੇ ਦੂਜੀ ਚੀਜ਼ ਸੀ ट्रांजਿਸਟਰ ਉਹੀ ट्रांजਿਸਟਰ ਜਿਹੜਾ ਕਾਲੂ 네ਰਾਣੋ ਨੂੰ ਪਹਿਲੀ ਸੁਗਾਤ ਵਜੋਂ ਦਿੱਤਾ ਸੀ ਜਦੋਂ ਉਹ ਉਹਨੂੰ ਬਕੌਲ ਉਹਦੇ ਦੋਸਤਾਂ ਦੇ ਉਡਾ ਲਿਆਇਆ ਸੀ ਚੰਡੀਗੜ੍ਹੋਂ ਆਮ ਜਿਹੇ ਘਰ ਵਿੱਚ ਪਲੀ ਤੇ ਚੰਡੀਗੜ੍ਹ ਸੈਕਟਰੀਅਟ ਵਿੱਚ ਟਾਈਪਰਾਈਟਰ ਕੁੱਟਦੀ ਰਾਣੋ ਕਾਲੂ ਦੀ ਦੌਲਤ ਦੀ ਚਕਾ ਚੌਂਧ ਨਾਲ ਤੇ ਮੁਹੱਬਤ ਦੇ ਰਟੇ ਹੋਏ ਫਾਰਮੂਲਿਆਂ ਨਾਲ ਚੱਕਰਾ ਗਈ ਹੋਸ਼ਪੜਤੀ ਤਾਂ ਉਹ ਬਾਲਣ ਵਾਲੇ ਕੋਠੇ ਵਿੱਚ ਸੀ ਇਕੱਲੀ ਕਾਲੂ ਆਪਣੀ بیوی ਨੂੰ ਰਿਸ਼ਵਤ ਦੇਣ ਲਈ ਵਿਲੈਤ ਸੈਰ ਕਰਨ ਲੈ ਗਿਆ ਹੋਇਆ ਸੀ ਇੱਕ ਔਰਤ ਜਿਸ ਦਾ ਨਾਮ بیوی ਹੁੰਦਾ ਹੈ ਉਹਦੇ ਕੋਲੋਂ ਜਦੋਂ ਉਹਦਾ ਮਰਦ ਚੋਰੀ ਕਰਦਾ ਹੈ ਤਾਂ ਉਹਨੂੰ ਰਿਸ਼ਵਤ ਦਿੰਦਾ ਹੈ ਜਿੰਨੀ ਵੱਡੀ ਚੋਰੀ ਓਨੀ ਵੱਡੀ ਰਿਸ਼ਵਤ ਪਰ ਦੂਜੀ ਔਰਤ ਜਿਹੜੀ ਫालतू ਹੁੰਦੀ ਹੈ ਰਖੇਲ ਉਹਨੂੰ ਸਿਰਫ ਰੋਟੀ ਤੇ ਕੱਪੜੇ ਗਹਿਣੇ ਦੇ ਕੇ ਵਰਾਇਆ ਜਾ ਸਕਦਾ ਹੈ ਤੇ ਜਿਹੜੀ ਫालतू ਔਰਤ ਉਸੇ ਮਰਦ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋ ਜਾਵੇ ਉਹਨੂੰ ਤਾਂ ਕੋਈ ਖੁਦਾ ਵੀ ਨਹੀਂ ਬਚਾ ਸਕਦਾ ਸਾਡੇ ਅੰਦਰ ਆਉਣ ਨਾਲ ਜਾਂ ਤੇ ਕਮਰਾ ਸੁngੜ ਗਿਆ ਸੀ ਜਾਂ ਉਹਦੇ ਵਿੱਚ ਲਈ ਹਵਾ ਤਿੰਨਾ ਬੰਦਿਆਂ ਲਈ ਕਾਫੀ ਨਹੀਂ ਸੀ ਕੁਝ ਸੀ ਜਿਹੜਾ ਘੁੱਟ ਰਿਹਾ ਸੀ ਕੁਝ ਸੀ ਜਿਹੜਾ ਸਾਹ ਨੂੰ ਭਾਰਾ ਕਰ ਰਿਹਾ ਸੀ ਭਾਰਾ ਤੇ ਖੋਰਾ ਸੁਣਾ ਫੇਰ ਕੀ ਹਾਲ ਚਾਲੇ ਓਮਾ ਮੰਜੇ ਦੇ ਵਿਚਕਾਰ ਕਰਕੇ ਖਿੱਲਰ ਕੇ ਬਹਿ ਗਿਆ ਬਾਵਾ ਨਾਲ ਪਿਛਾਂ ਘੁੰਮਣਾ ਜਾ ਦੇ ਕੇ ਮੈਂ ਇੱਕ ਪਾਵੇ ਤੇ ਆਪਣੇ ਆਪ ਨੂੰ ੜਾ ਲਿਆ ਦੌਣ ਵਾਲੇ ਪਾਸੇ ਰਾણો ਚੁੱਲ੍ਹੇ ਕੋਲ ਪਈ ਪਟੜੀ ਤੇ ਬਹਿ ਗਈ ਵੇਖ ਹੀ ਰਹੇ ਹੋ ਅਜੀਬ ਬੇਦਿਲੀ ਨਾਲ ਉਹਨੇ ਜਵਾਬ ਦਿੱਤਾ ਚਿੱਠੀ-ਚੁੱਠੀ ਆਈ ਆਈ ਸੀ 10 ਕੁ ਦਿਨ ਹੋਏ ਪਿਛਲੇ ਦਸਾਂ ਦਿਨਾਂ ਦਾ ਖਾਲੀਪਣ ਤੇ ਖੱਤ ਦੀ ਉਡੀਕ ਤੇ ਮਯੂਸੀ ਸਭ ਰਾણો ਦੀ ਆਵਾਜ਼ ਦਾ ਹਿੱਸਾ ਸਨ ਰਾਜੀ ਖੁਸ਼ੀ ਹਾਂ ਰਾਜੀ ਖੁਸ਼ੀ ਤੈਨੂੰ ਮੈਂ ਉਹਨੇ ਅਚਾਨਕ ਚੌਂਕੇ ਓਮਾ ਵੱਲ ਤੱਕਿਆ ਤੂੰ ਠੀਕ ਏ ਠੀਕ ਆ ਉਹ ਜਿਵੇਂ ਖੂ ਵਿੱਚੋਂ ਬੋਲੀ ਰੋਣ ਹਾਕੀ ਆਵਾਜ਼ ਵਿੱਚ ਕੁਝ ਚਿਰ ਖਾਮੋਸ਼ੀ ਕਮਰੇ ਵਿੱਚ ਭਰੀ ਰਹੀ ਕੁਝ ਇਸ ਤਰ੍ਹਾਂ ਦੀ ਖਾਮੋਸ਼ੀ ਜਿਹੜੀ ਹਨੇਰੀ ਰਾਤ ਵਿੱਚ ਚੀਖਦੀ ਸਾਇਰਨ ਦੀ ਆਵਾਜ਼ ਤੋਂ ਮਗਰੋਂ ਫਜ਼ਾ ਵਿੱਚ ਲਟਕ ਜਾਂਦੀ ਏ ਤੇ ਹਰ ਵੇਲੇ ਇੱਕ ਖਤਰਾ ਵੀ ਉਹਦੇ ਨਾਲ ਹੀ ਹਵਾ ਵਿੱਚ ਲਟਕਿਆ ਰਹਿੰਦਾ ਏ ਤੇ ਕੰਨ ਅਗਲੀ ਆਵਾਜ਼ ਨੂੰ ਸੁਣਨ ਲਈ ਹਨੇਰੇ ਵਿੱਚ ਆਪਣੇ ਐਂਟੀਨਾ ਚੁੱਕ ਕੇ ਖਲੋਤੇ ਰਹਿੰਦੇ ਨੇ ਸ਼ਾਇਦ ਫਟਦੇ ਬੰਬ ਦੀ ਆਵਾਜ਼ ਨੂੰ ਸੁਣਨ ਲਈ ਕਾਲੂ ਦੀ ਚਿੱਠੀ ਆਈ ਸੀ ਲਿਖਿਆ ਸੀ ਪਲੇਟਫਾਰਮ ਤੇ ਜਿਹੜਾ ਸਮਾਨ ਛੱਡ ਆਇਆ ਵਾਂ ਉਹਦਾ ਖਿਆਲ ਰੱਖਣਾ ਓਮਾ ਨਿੱਕੀ ਜਹੀ ਹਾਸੀ ਹਸਿਆ ਅੱਛਾ ਬੇहद ਗਾੜਾ ਹਨੇਰਾ ਰਾਣੋ ਦੀ ਆਵਾਜ਼ ਵਿੱਚੋਂ ਚੜ ਰਿਹਾ ਸੀ ਸਵਾ ਵਰਗਾ purpura ਮੈਂ ਓਮਾ ਵੱਲ ਤੱਕਿਆ ਇਹ ਕਦੇ-ਕਦੇ ਹੀ ਹੁੰਦਾ ਸੀ ਕਿ ਉਹ ਅਚਕਾਚਾ ਕੇ ਗੱਲ ਨੂੰ ਤਲਾਸ਼ ਕਰੇ ਰਾਣੋ ਇੱਕ ਬੇਮਾਲੂਮਾ ਜਿਹਾ ਚੈਲੰਜ ਇੱਕ ਵੰਗਾਰ ਜਹੀ ਅੱਖਾਂ ਵਿੱਚ ਭਰ ਕੇ ਉਹਦੇ ਵੱਲ ਤੱਕ ਰਹੀ ਸੀ ਕੋਈ ਖਾਤਰ ਨਹੀਂ ਕਰਨੀ ਸਾਡੀ ਤੇਰੇ ਪਰੋਣੇ ਆ ਓਮਾ ਨੇ ਚੈਲੰਜ ਟਾਲਿਆ ਘਰ ਦੁੱਧ ਕੋਈ ਨਹੀਂ ਨਹੀਂ ਤੇ ਚਾਹ ਕਟਕ ਪੀ ਵਿਆ ਕਰ ਦੁੱਧ ਚਾਹ ਜੋਗਾ ਬਚਾ ਕੇ ਰੱਖਿਆ ਕਰ ਨਹੀਂ ਅੱਜ ਸਵੇਰੇ ਲਿਆਂਦਾ ਹੀ ਨਹੀਂ ਸੀ ਕਿਉਂ ਰਾਤੀ ਗਰਮੀ ਲੱਗਦੀ ਏ ਨੀਂਦਰ ਨਹੀਂ ਆਉਂਦੀ ਬੜਾ ਹੁਮਸ ਹੁੰਦਾ ਏ ਕਮਰੇ ਵਿੱਚ ਤੜਕੇ ਅੱਖ ਲੱਗਦੀ ਏ ਤੇ ਫਿਰ ਦੁੱਧ ਦਾ ਡਿੱਪੂ ਬੰਦ ਹੋ ਜਾਂਦਾ ਏ ਮੈਂ ਕਮਰੇ ਦੇ ਚਾਰ ਚੁਫੇਰੇ ਤੱਕਿਆ ਚੌਂ ਗਿੱਠਾਂ ਥਾਂ ਦੇ ਦਿਵਾਲੇ ਖਲੋਤੀਆਂ ਕੰਧਾਂ ਨਾਲ ਮੇਰੀ ਨਜ਼ਰ ਟਕਰਾ ਕੇ ਵਾਪਸ ਮੁੜਾਈ ਕੋਈ ਬਾਰੀ ਨਹੀਂ ਸੀ ਰੋਸ਼ਨ ਦਾਣਾ ਦਾ ਤਾਂ ਖੈਰ ਅੱਜਕੱਲ ਰਿਵਾਜ ਹੀ ਨਹੀਂ ਰਿਹਾ ਪਿਛਲੀ ਕੰਧ ਵਿੱਚ ਇੱਕ ਦਰਵਾਜ਼ਾ ਹੈ ਸੀ ਜਿਹੜਾ ਪੱਕਾ ਬੰਦ ਕੀਤਾ ਹੋਇਆ ਜਾਪ ਰਿਹਾ ਸੀ ਸ਼ਾਇਦ ਪਰਲੇ ਪਾਸਿਓਂ ਘਰ ਦੇ ਮਾਲਕਾਂ ਨੇ ਬੰਦ ਕੀਤਾ ਹੋਵੇਗਾ ਜਦੋਂ ਰਾਣੋ ਚੰਡੀਗੜੋਂ ਕਾਲੂ ਨਾਲ ਉੱਦਲ ਕੇ ਆਈ ਸੀ ਉਦੋਂ ਉਹਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੋਣਾ ਕਿ ਕਾਲੂ ਦੀ ਦੌਲਤ ਉਹਨੂੰ ਕਰ ਨਹੀਂ ਸੀ ਦੇ ਸਕਦੀ ਕੋਈ ਵਿਸਕੀ ਸ਼ਿਸਕੀ ਕੱਢ ਵਿਸਕੀਆਂ ਵਾਲੇ ਤਾਂ ਵੱਲੇ ਤੁਰ ਗਏ ਨੇ ਪਿੱਛੇ ਤਾਂ ਬਸ ਖਾਲੀ ਬੋਤਲਾ ਹੀ ਨੇ ਰਾਣੂ ਨੇ ਹੋਕਾ ਪਰਿਆ ਅੱਛਾ ਓਮਾ ਕੱਚਾ ਜਿਹਾ ਹੱਸਿਆ ਕੁਝ ਚਿਰ ਖਾਮੋਸ਼ੀ ਰਹੀ ਸਾਰਾ ਦਿਨ ਕੀ ਕਰਨੀ ਹੁੰਨੀ ਏ ਸੜਕਾਂ ਮਾਪੀ ਦੀਆਂ ਨੇ ਕਿਹੜੀ ਕਿਹੜੀ ਮਾਪ ਲਈ ਨਾ ਯਾਦ ਨੇ ਰੱਖਦੀ ਬਹੁਤੀਆਂ ਸੜਕਾਂ ਵੀ ਨਾ ਗਾਇਆ ਕਰ ਸੜਕਾਂ ਤੇ ਤੁਰਨ ਵਾਲੀਆਂ ਇਕਲੀਆਂ ਤੀਵੀਆਂ ਨੂੰ ਪਤਾ ਵਿਲਾਟ ਵਿੱਚ ਕੀ ਕਹਿੰਦੇ ਨੇ ਕੀ ਸਟਰੀਟ ਵਾਕਰ ਓਮਾ ਹੱਸਿਆ ਮੈਂ ਕੰਬ ਕੇ ਰਾਣੋ ਦੇ ਮੂੰਹ ਵੱਲ ਤੱਕਿਆ ਚਿਹਰਾ ویرਾਨ ਸੜਕ ਵਾਂਗੂ ਸਪਾਟ ਸੀ ਜਿਵੇਂ ਉਹਨੂੰ ਗਲਤੀ ਸਮਝ ਹੀ ਨਾ ਆਈ ਹੋਵੇ ਅੱਛਾ ਕਹਿੰਦੇ ਹੋਣਗੇ ਉਹ ਸ਼ਾਇਦ ਕੁਝ ਹੋਰ ਸੋਚ ਰਹੀ ਸੀ ਮੈਂ ਓਮਾ ਵੱਲ ਤੱਕਿਆ ਮੈਨੂੰ ਅਜੀਬ ਅਹਿਸਾਸ ਹੋਇਆ ਕਿ ਇਹ ਬੰਦਾ ਖੂਖਾਰ ਹੋਣ ਦੀ ਹੱਦ ਤੱਕ ਜ਼ਾਲਮ ਹੋ ਸਕਦਾ ਹੈ క్రੂਅਲ ਉਸ ਵੇਲੇ ਹਿਸਾਬ ਕਿਤਾਬ ਨਾਲ ਮੈਨੂੰ ਰਾਣੋ ਦੀ ਹਮਾਇਤ ਕਰਨ ਵਿੱਚ ਓਮਾ ਨਾਲ ਪੜ ਜਾਣਾ ਚਾਹੀਦਾ ਸੀ ਕਿਉਂਕਿ ਉਹ ਵੀ ਮੇਰੇ ਕਬੀਲੇ ਦੀ ਹੀ ਔਰਤ ਸੀ ਫਾਲਤੂ ਔਰਤਾਂ ਦੇ ਕਬੀਲੇ ਦੀ ਪਰ ਫਾਲਤੂ ਔਰਤਾਂ ਲੜਿਆ ਨਹੀਂ ਕਰਦੀਆਂ ਲੜਨ ਦਾ ਹੱਕ ਸਿਰਫ ਬੀਵੀਆਂ ਨੂੰ ਹੁੰਦਾ ਹੈ ਫਾਲਤੂ ਔਰਤ ਲਈ ਆਪਣੇ ਮਰਦ ਨਾਲ ਲੜਨਾ ਜਾਣ ਬੁੱਝ ਕੇ ਖੂਹ ਵਿੱਚ ਛਾਲ ਮਾਰਨ ਵਾਲੀ ਗੱਲ ਏ ਤੇ ਮੇਰੇ ਅੰਦਰ ਲੁੱਕ ਕੇ ਬੈਠੀ ਕਮੀਨਗੀ ਨੇ ਫੈਸਲਾ ਕੀਤਾ ਕਿ ਮੇਰਾ ਇਰਾਦਾ ਅਜੇ ਆਤਮ ਹੱਤ ਦਾ ਨਹੀਂ ਸੀ ਫਿਰ ਬਹੁਤ देर ਸਭ ਚੁੱਪ ਬੈਠੇ ਰਹੇ ਚਲਿਏ ਫਿਰ ਊਮਾ ਨੇ ਮੇਰੇ ਵੱਲ ਤੱਕਿਆ ਹੂੰ ਮੈਂ ਉੱਠ ਕੇ ਖੜੀ ਹੋ ਗਈ ਰਾਣੂ ਵੀ ਉਠ ਖੜੋਤੀ ਅਗਲੀ ਵਾਰੀ ਚਿੱਠੀ ਲਿਖੋਗੇ ਤਾਂ ਲਿਖ ਦੇਣਾ ਕਿ ਸਾਣੀ ਚੌਥੇ ਪੰਜਵੇਂ ਦਿਨਾਂ 'ਚ 20 ਰੁਪਏ ਦੇ ਜਾਂਦਾ ਏ ਤੇ ਮੈਂ ਭੁੱਖੀ ਮਰ ਰਹੀ ਆ ਸਾਣੀ ਆਉਂਦਾ ਏ ਊਮਾ ਚੁੱਕਨੇ ਹੋ ਗਏ ਆਪਣੇ دوست ਦੇ ਖੇਤ ਦੇ ਰਖਵਾਲੇ ਉਹੀ ਉਹਨੂੰ ਕਹਿ ਗਏ ਸਨ ਰਾણો ਨੇ ਬਾਹਰਲਾ ਢੋਆ ਹੋਇਆ ਬੂਹਾ ਖੋਲ ਦਿੱਤਾ ਅੰਦਰਲੀ ਹੁਮਸ ਤੋਂ ਮਗਰੋਂ ਉਸ ਹਨੇਰੇ ਉਜਾੜ ਲਾਨ ਵਿੱਚ ਘੁੰਮਦੀ ਹਵਾ ਬੜੀ ਭਲੀ ਲੱਗੀ ਸੁਖਾਵੀਂ ਸਾਹ ਸੌਖਾ ਆਇਆ ਚੁੱਪਚਾਪ ਨਿੱਕੇ-ਨਿੱਕੇ ਕਦਮੀ ਬੰਗਲੇ ਦੀ ਵੱਖੀ ਦੇ ਨਾਲ-ਨਾਲ ਤੁਰਦੇ ਅਸੀਂ ਤਿੰਨੇ ਗੇਟ ਕੋਲ ਆ ਗਏ ਬਾਹਰ ਸੜਕ ਰੌਸ਼ਨੀ ਨਾਲ ਤਰੰਗੀ ਹੋਈ ਸੀ ਹਲਕੀ ਹਵਾ ਤੇ ਰੌਸ਼ਨੀ ਅੱਛਾ ਕਹਿ ਕੇ ਅਸੀਂ ਵਿਦਾ ਹੋ ਗਏ ਰਾਣੋ ਨੇ ਆਹਸਤਾ ਜਿਹੇ ਕਿਹਾ ਫੇਰ ਛੇਤੀ ਚੱਕਰ ਲਾਣਾ ਸੜਕ ਖਾਮੋਸ਼ ਸੀ ਇਸ ਪਾਸੇ ਬਹੁਤ ਘੱਟ ਆਵਾਜ਼ ਆਈ ਸੀ ਸ਼ਾਇਦ ਸੜਕ ਤੇ ਦੋਹੀ ਪਾਸੇ ਵੱਡੇ ਘੇਰ ਵਾਲੇ ਦਰਖਤ ਖੜੇ ਸਨ ਗਾੜੇ ਹਨੇਰੇ ਦੀਆਂ ਬੁਖਲਾ ਮਾਰ ਕੇ ਜੰਗਲ ਮਾਟੇ ਜਿਹੇ ਸ਼ਾਇਦ ਜਾਮਨੂਆ ਦੇ ਦਰਖਤ ਹੋਣਗੇ ਆਹਸਤਾ ਜਿਹੇ ਹਵਾ ਵਗ ਰਹੀ ਸੀ ਜਦੋਂ ਅਸੀਂ ਇੱਕ ਦਰਖਤ ਦੇ ਹੇਠੋਂ ਪੋਲੇ ਕਦਮੀ ਤੁਰਦੇ ਹੋਏ ਲੰਘ ਰਹੇ ਸਾਂ ਦਰਖਤ ਵਿੱਚੋਂ ਆਹਸਤਾ ਆਹਸਤਾ ਡਸਕੋਰੇ ਪਰੰਦੀ ਆਵਾਜ਼ ਆਈ ਇਹ ਕੀ ਇਹ ਮੈਂ ਠਿਠਕ ਕੇ ਖੜੀ ਹੋ ਗਈ ਪੰਬੱਤਰ ਕੇ ਡਰ ਕੇ ਵੀ ਸ਼ਾਇਦ ਕਿ ਕੋਈ ਡਸਕੋਰੇ ਪਰ ਰਿਹਾ ਏ ਕਿੱਥੇ ਓਮਾ ਨੇ ਪੁੱਛਿਆ ਕਿਧਰੇ ਨਹੀਂ ਮੈਂ ਤੁਰ ਪਈ